ਕੇਸ ਰਜਿਸਟਰ ਕੀਤਾ ਸੀ ਐਂਟੀ ਕਰਪਸ਼ਨ ਹੈਲਪਲਾਈਨ ਤੇ, ਜਿਹੜਾ ਇੱਕ ਠੇਕੇਦਾਰ ਸੀ ਖੈਰ ਦੇ ਦਰਖਤਾਂ ਦਾ ਤੇ ਇੱਕ DFO। ਤੇ ਉਦੋਂ ਫਿਰ ਇਨਵੈਸਟੀਗੇਸ਼ਨ ਤੋਂ ਅੱਗੇ ਫਿਰ ਗੱਲ ਆਈ ਕਿ ਜਿਹੜਾ ਉਹਨਾਂ ਨੇ ਦੱਸਿਆ ਕਿ ਬੜਾ ਆਰਗੇਨਾਈਜ਼ ਤਰੀਕੇ ਨਾਲ ਇੱਥੇ ਫੋਰੈਸਟ ਜਿਹੜਾ ਮਹਿਕਮਾ ਅਤੇ ਕੁਛ ਜਿਹੜੇ ਪੁਰਾਣੇ ਰਹੇ ਹੈ ਮੰਤਰੀ ਉਹ ਕਰਪਸ਼ਨ ਕਰਦੇ ਸੀ ਅਤੇ ਪੈਸੇ ਲੈਂਦੇ ਸੀ। ਜਿਸ ਤਰ੍ਹਾਂ ਖੈਰ ਦਾ ਇੱਕ ਵਰਿਕਸ਼ ਹੁੰਦਾ ਉਹਦੀ ਕਟਾਈ ਦੇ ਲਈ ਜੋ ਉਹਨਾਂ ਨੇ ਦੱਸਿਆ ਕਿ 500 ਰੁਪਇਆ ਪਰ ਜਿਹੜਾ ਵਰਿਕਸ਼ ਆ ਉਹ ਕਮਿਸ਼ਨ ਜਾਂਦੀ ਸੀ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕੋਈ ਕਰੋੜ ਸਵਾ ਕਰੋੜ ਕਮਿਸ਼ਨ ਜਿਹੜੀ ਆ ਓਵਰ ਦਾ ਟਾਈਮ 25 ਪਰਮਿਟ ਉਹਨਾਂ ਨੂੰ ਜਿਹੜੇ ਮਿਲੇ ਆ ਉਹ ਗਈ ਹੈ ਉੱਤੇ ਤੱਕ। ਦੂਜਾ ਉਹਨਾਂ ਨੇ ਹੋਰ ਵੀ ਬੜੇ ਰਿਵੀਲਿੰਗ ਫੈਕਟਸ ਦੱਸੇ ਕਿ ਕਿਸ ਤਰ੍ਹਾਂ ਜਿਹੜੀਆਂ ਬਦਲੀਆਂ ਟਰਾਂਸਫਰਸ ਪੋਸਟਿੰਗਸ ਜਿਹੜੀ ਮਹਿਕਮੇ ਦੀ ਹੈ ਉਹਦੇ 'ਚ ਵੀ ਇਹ ਪੈਸੇ ਲੈਂਦੇ ਸੀ। ਅਤੇ ਹੋਰ ਵੀ ਕੋਈ ਵੀ ਪਰਚੇਜ਼ ਕਰਨੀ ਹੈ, ਟਰੀ ਗਾਰਡ ਹੈ, ਫੈਂਸਿੰਗ ਹੈ, ਕੋਈ NOCs ਲੈਣੀਆਂ, ਇਹ ਸਾਰੇ ਮਤਲਬ ਕਿ ਹਰ ਇੱਕ ਚੀਜ਼ ਦਾ ਉਹ ਪੈਸਾ ਲੈਂਦੇ ਸੀ। ਅਤੇ ਪਲੱਸ ਕੁਛ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀ ਖਾਸ ਜਿਹੜੇ ਡਾਇਰੈਕਟ ਉਹਨਾਂ ਕੋਲ ਪੈਸੇ ਜਾਂਦੇ ਸੀ। ਸੋ ਉਸ ਬੇਸ 'ਤੇ ਫਿਰ ਅਸੀਂ ਜਿਹੜੀ ਹੈ ਕੇਸ ਰਜਿਸਟਰ ਕਰਕੇ ਕੱਲ੍ਹ ਜਿਹੜੀ ਹੈ ਗ੍ਰਿਫਤਾਰੀ ਕੀਤੀ ਹੈ ਰਾਤ ਨੂੰ ਅਸੀਂ ਉਹ 'ਚ। ਸਾਧੂ ਸਿੰਘ ਧਰਮਸੋਤ ਦੇ ਨਾਲ ਹੋਰ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ? ਹਾਂ, ਉਹ ਇੱਕ ਕਮਲਜੀਤ ਸਿੰਘ ਹੈ, ਕੋਈ ਇੱਕ ਚਮਕੌਰ ਸਿੰਘ ਹੈ, ਸਾਬਕਾ ਹੈ ਮਹਿਕਮੇ ਦਾ ਹੀ ਹੈ ਫੋਰੈਸਟ ਦਾ। ਸੋ ਜੋ ਗੱਲਬਾਤ ਆਈ ਸੀ ਕਿ ਇਹਨਾਂ ਦੇ ਥਰੂ ਪੈਸੇ ਜਾਂਦੇ ਸੀ ਉਹਨਾਂ ਨੂੰ ਫਿਰ ਨਾਲ ਹੀ ਗ੍ਰਿਫਤਾਰ ਕੀਤਾ। ਕਿਹਾ ਜਾ ਰਿਹਾ ਕਿ 25,000 ਦਰਖਤ ਜਿਹੜੇ ਉਹ ਕੱਟ ਦਿੱਤੇ ਸੀ, 500 ਰੁਪਏ ਇੱਕ ਦਰਖਤ ਦੇ ਲੈ ਰਹੇ ਸੀ। ਦੇਖੋ ਲੈਂਦੇ ਤਾਂ ਇਹ ਜੈਨੂਇਨ ਪਰਮਿਟ ਇਸ਼ੂ ਜਿਹੜਾ ਕਰਦਾ ਸੀ ਫੋਰੈਸਟ ਡਿਪਾਰਟਮੈਂਟ ਉਹ ਲੈਂਦੇ ਸੀ, ਬਟ ਜਿਹੜਾ ਪਰਮਿਟ ਦਾ ਵੀ ਸੀ ਉਹਦੇ 'ਚੋਂ ਵੀ ਉਹਨਾਂ ਨੇ ਇੱਕ ਪਰ ਟਰੀ ਦਾ ਇੱਕ ਹਿੱਸਾ ਜਿਹੜਾ ਜਾਂਦਾ ਸੀ, ਕੁਛ ਆਫਿਸ਼ਲਸ ਨੂੰ ਜਾਂਦਾ ਸੀ, ਕੁਛ ਜਿਹੜਾ ਉੱਪਰ ਜਾਂਦਾ ਸੀ। ਹੁਣ ਰਿਮਾਂਡ 'ਤੇ ਭੇਜਿਆ ਜਾ ਰਿਹਾ, ਅੱਜ ਇਹਨਾਂ ਨੂੰ ਪੇਸ਼ ਕਰਕੇ ਫਿਰ ਰਿਮਾਂਡ ਲਵਾਂਗੇ ਇਹਨਾਂ ਦਾ, ਫਿਰ ਸਾਰਾ ਜਿਹੜਾ ਵੀ ਹੈ ਟੋਟਲ ਸਕੈਮ ਹੋਇਆ ਵਾ ਇੰਨੇ ਸਾਲਾਂ 'ਚ ਉਹਦਾ ਬਾਹਰ ਅਸੀਂ ਤੱਥ ਕੱਢਾਂਗੇ। ਇੱਕ ਡਾਇਰੀ ਇਹਦੀ ਮਿਲੀ ਹੈ ਜਿਹੜੀ ਠੇਕੇਦਾਰ ਨੇ ਜਿਹੜੀ, ਅਤੇ ਉਹ 'ਚ ਕਾਫੀ ਫੈਕਟਸ ਲਿਖੇ ਹੋ ਕਿ ਕਿਹਨੂੰ ਕਿਸ ਤਰ੍ਹਾਂ ਪੈਸਾ ਜਾਂਦਾ ਸੀ। ਸਰ, ਇਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਦਾ ਕੀ ਐਗਜੈਕਟ ਰੋਲ ਜਿਹੜਾ ਸਾਹਮਣੇ ਆਇਆ ਸਾਰੇ ਉੱਤੇ? ਦੇਖੋ ਜੀ, ਪੈਸੇ ਉਹਨਾਂ ਦੇ ਬੰਦੇ ਸੀ ਉਹਨਾਂ ਦੇ ਕੋਲ ਜਾਂਦੇ ਸੀ ਜੋ ਉਹਨਾਂ ਨੇ ਡਿਸਕਲੋਜ਼ ਕੀਤਾ, ਬਾਕੀ ਹੋਰ ਇਨਵੈਸਟੀਗੇਸ਼ਨ ਹੁਣ ਅਸੀਂ ਕਰ ਰਹੇ ਹਾਂ। ਉਹਨੂੰ ਕਬੂਲ ਕੀਤਾ ਕਿਸੇ ਨੇ ਜੁਰਮ ਕਬੂਲ ਕੀਤਾ? ਪਹਿਲਾਂ ਠੇਕੇਦਾਰ ਔਰ DFO ਨੇ ਇਹ ਦੱਸਿਆ ਸੀ ਸਾਧੂ ਸਿੰਘ? ਹਾਂ, ਉਹਨਾਂ ਦੀ ਗੱਲਬਾਤ ਆਈ ਸੀ ਸਾਰੀ ਉਹਨਾਂ 'ਤੇ। ਤੁਹਾਡੀ ਇੱਕ ਟੀਮ ਵੀ ਉੱਥੇ ਗਈ ਹੈ? ਹੁਣ ਉਹ ਡਿਟੇਲ 'ਚ ਫਿਰ ਸਰਚ ਵਗੈਰਾ ਕਰ ਰਹੇ ਹਾਂ ਤਿੰਨਾਂ ਦੇ, ਜਿੱਥੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਿ ਹੋਰ ਡਾਕੂਮੈਂਟਸ। ਸਾਧੂ ਸਿੰਘ ਨੇ ਕੁਛ ਕਬੂਲ ਕੀਤਾ? ਹਾਲੇ ਜਦ ਪੁੱਛਗਿੱਛ ਇਹਨਾਂ ਦੀ ਸ਼ੁਰੂ ਹੋਏਗੀ। FIR ਕਿਹੜੇ ਸੈਕਸ਼ਨ ਦੇ ਵਿੱਚ ਹੋਈ? PC Act ਜਿਹੜਾ ਹੁੰਦਾ ਕਰਪਸ਼ਨ। ਠੀਕ ਹੈ, ਥੈਂਕ ਯੂ।